ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਸਾਰਿਆਂ ਦੇ? ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ। ਅੱਜ ਤੁਹਾਨੂੰ ਲੈ ਚੱਲਦੇ ਹਾਂ ਜੀ ਬਹੁਤ ਇੱਕ ਸੁੰਦਰ ਲੋਕੇਸ਼ਨ, ਸੋਹਣੀ ਲੋਕੇਸ਼ਨ ਜਿਹੜੀ ਪੰਜਾਬ ਦੇ ਵਿੱਚ ਹੀ ਹੈ। ਅਸੀਂ ਜਾ ਰਹੇ ਹਾਂ ਜੀ ਭੋਗਪੁਰ ਵੱਲ ਨੂੰ। ਅੱਗੋਂ ਦੀ ਦੱਸਦੇ ਹਾਂ ਜੀ ਤੁਹਾਨੂੰ ਕਿੱਧਰ ਨੂੰ ਜਾਣਾ ਅਤੇ ਕਿੱਦਾਂ ਜਾਣਾ, ਇਹ ਵੀ ਤੁਹਾਨੂੰ ਦੱਸਦੇ ਹਾਂ ਜੀ। ਆਓ ਜੀ ਚੱਲੀਏ, ਪਹਿਲੇ ਪੈਟਰੋਲ ਪਵਾ ਲਈਏ। ਚਿਪਸ ਚੱਲ ਰਹੇ, ਚਿਪਸ। ये जी लोकेशन पर असी जा रहे हैं जी, ये डिस्ट्रिक्ट होशियारपुर च पैंदी है जी। ये थाना पिंड का नाम है जी थाना। असी जलंधर तो जो जाना है तो वाया भोगपुर टू आदमपुर, तो अगों गूगल मैप्स पर लगा लवेंगे थाना डैम। ये लोकेशन है जी खूबसूरत। आ देखो जी डैम का सीन है जी, इस साइड का परले पासे डैम है। तो आ बहुत खूबसूरत जोड़े पहाड़ ने थोड़े थोड़े, वह भी इतों नज़र आते हैं। ये है जी डैम का नज़ारा, तुम देख सकते हो। तो तुम दिखाने नाल लोकेशन केड़ी है जी। सत श्री अकाल जी, आज तरीक है जी 23 सितंबर, दिन शुक्रवार 23 सितंबर 2022। तो हुशियारपुर डिस्ट्रिक्ट दे पिंड कह सकते हैं या एरिया थाना, उतों के असी आए हैं जंगल लॉजिस थाना। तो बहुत प्यारी जी जगह आ, इधर डैम है तो इधर बनया हुआ जंगल लॉज। तो उपर हैगा जी हाइडवे कैफे, बहुत वधिया एक लोकेशन है। जलंधर तो 1.5 घंटा दूर एक लोकेशन है जिथे आके तुहानू रिफ्रैश फील होएगा। मौसम भी बड़ा वधिया, रस्ते च तुसीं देखिया सी बारिश पै रही सी, तो इत्थे भी बहुत ठंडा मौसम है। आओ तुहानू उपर लैके चलदे हां ते दिखाने हां जी। ਸਾਡੇ ਨਾਲ ਨੇ ਨikhil ਜੀ ਜੋ ਇੱਥੇ ਮੈਨੇਜ ਕਰਦੇ ਨੇ ਸਾਰਾ ਕੁਝ। ਨikhil ਜੀ ਕੀ ਹਾਲ ਚਾਲ ਹੈ? ਬਸ ਵਧੀਆ ਭਾਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਭ ਨਾਲੋਂ ਪਹਿਲੇ ਤੇ ਸਾਡੇ ਵਿਊਵਰਸ ਨੂੰ ਦੱਸੋ ਵੀ ਇਹ ਜਗ੍ਹਾ ਕਿੱਥੇ ਹੈ? ਇਹ ਜਗ੍ਹਾ ਹੁਸ਼ਿਆਰਪੁਰ ਡਿਸਟ੍ਰਿਕਟ 'ਚ ਪੈਂਦੀ ਹੈ, ਮਨੋਤਾ ਥਾਣਾ ਡੈਮ। ਹਾਂਜੀ, ਇਹ ਥਾਣਾ ਡੈਮ ਦੇ ਨਾਮ ਨਾਲ ਮਸ਼ਹੂਰ ਹੈ ਹਨਾ। ਕੋਈ ਲੱਭਣੀ ਕੋਈ ਇੰਨੀ ਮੁਸ਼ਕਲ ਨਹੀਂ ਹੈਗੀ। ਮੈਂ ਵੀ ਜਦੋਂ ਆਇਆ ਵਾਂ ਗੂਗਲ ਦੇ ਉੱਤੇ ਸਰਚ ਕੀਤਾ ਤੇ ਅਸੀਂ ਲੋਕੇਸ਼ਨ ਤੇ ਹੈਗਾ ਸਾਹਿਬ, ਪਹੁੰਚ ਗਏ। ਹਾਂਜੀ, ਜਲੰਧਰ ਤੋਂ 1.5 ਘੰਟਾ ਲੱਗਦਾ ਜੀ ਇੱਥੇ ਪਹੁੰਚਣ ਦੇ ਵਿੱਚ। रूम्स देखे बड़े सोहने, रूम का की चार्ज लेंदे भाजी? 4000 रेंट है जी, 1 नाइट का बोटिंग भी कर सकते हो, पैडल वाली बोट है जी, बोटिंग कर सकते हो। ਤੇ ਭਾਜੀ ਜਿਹੜੀ ਜੰਗਲ ਸਫਾਰੀ ਆ ਉਹਦੇ ਕੀ ਚਾਰਜਸ ਨੇ? 451% ਚਾਰਜ। ਓਕੇ, ਉਹਦੇ 451% ਚਾਰਜ, ਕੋਈ ਮਾੜਾ ਨਹੀਂ ਜੀ, ਬਹੁਤ ਵਧੀਆ ਇੱਕ ਜਗ੍ਹਾ ਹੈ। ਤੇ ਇੱਥੋਂ ਦਾ ਤੁਹਾਨੂੰ ਫੂਡ ਦਾ ਮੈਨੂ ਵੀ ਦਿਖਾਵਾਂਗੇ। ਰੂਮ ਤੇ ਅਸੀਂ ਤੁਹਾਨੂੰ ਦਿਖਾ ਹੀ ਦਿੱਤਾ ਕਿੰਨਾ ਵਧੀਆ ਰੂਮ ਹੈ। ਤੇ ਵਿਊ ਦੇਖੋ ਰੂਮ ਦੇ ਵਿੱਚੋਂ ਦੀ ਆ ਦਿਖ ਰਿਹਾ, ਅਸੀਂ ਰੂਮ ਦੇ ਬਾਹਰ ਹੀ ਖੜੇ ਆ ਤੇ ਦੇਖੋ ਕਿੱਡਾ ਸੋਹਣਾ ਵਿਊ ਇੱਥੇ ਲੱਗ ਰਿਹਾ। ਤੁਹਾਨੂੰ ਇਹ ਲੱਗੇਗਾ ਹੀ ਨਹੀਂ ਕਿ ਤੁਸੀਂ ਪੰਜਾਬ 'ਚ ਘੁੰਮਦੇ ਪਏ ਹੋ। ਇਹ ਆ ਜੀ ਇੱਕ ਡਾਈਨਿੰਗ ਹਾਲ ਜਾਂ ਛੋਟਾ ਜਿਹਾ ਪਾਰਟੀ ਹਾਲ।
जिते तुसी फैमिली नाल आ के सैलीब्रेट कर सकते हो। एसी फुली एसी ए है, एसी लगा हुआ, तो इत्थे आके अपनी पार्टी शार्टी आपां कर सकते हैं। लो जी जिहड़ा इत्थे कैफे है जी, बहुत खूबसूरत कैफे है। उत्थों दे सारा कुछ मैनेज करन वाले जिहड़े ओनर ने भाजी विवेक जी, विवेक ठाकुर जी साडे नाल ने जी। विवेक जी की हाल चाल है? सत श्री अकाल जी। बहुत देखन च ते बहुत मजा आया जी। हुण हुण तुहाडे कोल आए हां जी, फूड भी तुहाडा आपां टेस्ट करांगे। ते इह भाजी तुसीं दसो भी जिहड़ा फूड आ, जिहड़ा अपना रूम सर्विस है जां अपना पार्टी हॉल है, वह सारा कुछ इतों तुहाडे कोल ही सारा जांदा है जी? हाँ जी सर, बेसिकली जिहड़ा भी हैगा ना कैफे दा, हाँ जी हाँ जी, डाइनिंग हॉल है वो मेरे कोल ही हैगा। ठीक है जी। किसी ने बुक करना होवे बर्थडे पार्टी लई, ठीक है जी, जदा कोई ओकेजनली फंक्शन है, कोई एनिवर्सरी है, कुछ भी है, किसी पार्टी लई, तुसी साडा कांटेक्ट नंबर तुसी दे दियो। हाँ जी, तुसी अपना नंबर बोल भी दियो, मैं थल्ले लिख भी देंगा जी। साडा नंबर हैगा जी 9465444665। ਠੀਕ ਹੈ ਠੀਕ ਹੈ ਜੀ। ਵਿਵੇਕ ਮੇਰਾ ਨਾਮ ਹੈ, ਇਸੇ ਪਿੰਡ ਦੇ ਉੱਪਰ ਰਹਿਣ ਵਾਲੇ, ਥਾਣਾ ਪਿੰਡ ਹੈ, ਹੁਸ਼ਿਆਰਪੁਰ ਡਿਸਟ੍ਰਿਕਟ ਹੈ। ਹਾਂਜੀ ਹਾਂਜੀ ਹਾਂਜੀ। ਤੇ ਆਪਾਂ ਮਤਲਬ ਤੁਸੀਂ ਸਾਨੂੰ ਕਾਲ ਕਰ ਦਿਓ, ਆਪਣੀ ਰਿਕੁਆਇਰਮੈਂਟ ਦੱਸ ਦਿਓ, ਅਸੀਂ ਸਾਰੀ ਰਿਕੁਆਇਰਮੈਂਟ ਪੂਰੀ ਕਰ ਦਈ ਦੀ ਹੈ। ਠੀਕ ਹੈ ਜੀ। ਪਰਸਨਲ ਰਿਕੁਆਇਰਮੈਂਟ ਜੋ ਜੋ ਕੋਈ ਸਪੈਸ਼ਲ ਚੀਜ਼ ਵੀ ਚਾਹੀਦੀ ਹੋ ਤੁਸੀਂ ਅਵੇਲੇਬਲ ਕਰਵਾ ਦਿੰਦੇ ਹੋ? ਹਾਂਜੀ ਜੀ, ਕਰਵਾ ਦਈ ਦੀ ਹੈ, ਕਿਉਂਕਿ ਇੱਥੇ ਹੁਣ ਇਦਾਂ ਨੇ ਸਾਨੂੰ ਲੈ ਕੇ ਆਣਾ ਪੈਂਦਾ ਸਾਰਾ ਕੁਝ। ਹਾਂਜੀ ਹਾਂਜੀ। ਤੁਸੀਂ ਆਪਣਾ ਦੱਸ ਦੋਗੇ ਪਰਸਨਲੀ ਟੇਸਟ ਕੁਝ ਇਦਾਂ ਦਾ ਤੁਸੀਂ ਚਾਹੀਦਾ ਤੁਹਾਨੂੰ, ਹਾਂਜੀ, ਆਪਾਂ ਪ੍ਰੋਵਾਈਡ ਕਰਾ ਦਾਂਗੇ। ਇਹ ਹੁਸ਼ਿਆਰਪੁਰ ਸ਼ਹਿਰ ਤੋਂ ਕਿੰਨੀ ਕੁ ਦੂਰ ਪੈ ਜਾਂਦਾ ਜੀ? ਹੁਸ਼ਿਆਰਪੁਰ ਤੋਂ ਸਰ ਆਲਮੋਸਟ 40-45 ਕਿਲੋਮੀਟਰ ਹੈਗਾ ਹੀ ਹੈ ਜੀ। ਠੀਕ ਹੈ ਠੀਕ ਹੈ ਠੀਕ ਹੈ। ਸਾਨੂੰ ਜਲੰਧਰ ਤੋਂ ਵੀ ਆਏ ਆ ਅਸੀਂ, ਸਾਨੂੰ 1.5 ਘੰਟਾ ਲੱਗਾ ਆ, ਜ਼ਿਆਦਾ ਟਾਈਮ ਨਹੀਂ ਲੱਗਾ। ਇਦਾਂ ਨੇ ਸਰ, ਹੁਸ਼ਿਆਰਪੁਰ ਤੋਂ ਜਦੋਂ ਵੀ ਤੁਸੀਂ ਆਓਗੇ ਮੈਂ ਥੋੜਾ ਦੱਸ ਦਿੰਦਾ ਤੁਹਾਨੂੰ। ਠੀਕ ਹੈ ਜੀ। ਹੁਸ਼ਿਆਰਪੁਰ ਤੁਸੀਂ ਆਣਾ ਨਲੋਈਆਂ ਬਾਈਪਾਸ ਆਂਦਾ ਹੈ, ਠੀਕ ਹੈ ਜੀ, ਜਿਹੜਾ ਰੋਡ ਪਠਾਨਕੋਟ ਨੂੰ ਜਾਂਦਾ ਹੁਸ਼ਿਆਰਪੁਰ ਤੋਂ। ਓਕੇ ਜੀ। ਉਸ ਰੋਡ ਤੇ ਤੁਸੀਂ ਆਣਾ, ਉਸ ਤੋਂ 15 ਕਿਲੋਮੀਟਰ ਬਾਅਦ ਹਰਿਆਣਾ ਸਿਟੀ ਆਉਂਦੀ ਹੈ। ਹਾਂਜੀ ਹਾਂਜੀ। ਉਸ ਤੋਂ ਤੁਸੀਂ ਰਾਈਟ ਟਰਨ ਲੈਣੀ ਹੈ। ਠੀਕ ਹੈ ਜੀ। ਤੇ 19 ਤੋਂ 20 ਕਿਲੋਮੀਟਰ ਬਾਅਦ ਇਹ ਲੋਕੇਸ਼ਨ ਆ ਜਾਂਦੀ ਹੈ। ਠੀਕ ਹੈ ਜੀ, ਬਹੁਤ ਖੂਬਸੂਰਤ ਲੋਕੇਸ਼ਨ ਆ ਜੀ ਭਾਜੀ। ਇੱਕ ਤਰ੍ਹਾਂ ਦੇ ਸਵਰਗ 'ਚ ਬੈਠੇ ਹੋਏ ਹੋ ਭਾਜੀ ਤੁਸੀਂ। ਹਾਂਜੀ ਹਾਂਜੀ। ਤੁਸੀਂ ਲੱਕੀ ਹੋ ਜੀ, ਇਹ ਜੰਨਤ 'ਚ ਬੈਠੇ ਹੋ ਤੁਸੀਂ। ਇਦਾਂ ਦੇ ਵਿਊ, ਇਦਾਂ ਦੀ ਪਿਓਰ ਜਗ੍ਹਾ ਜਿੱਥੇ ਆਕਸੀਜਨ ਵੀ ਬਹੁਤ ਵਧੀਆ, ਇੱਥੇ ਤੁਹਾਨੂੰ ਤਾਜ਼ੀ ਆਕਸੀਜਨ 'ਚ ਬੈਠੇ ਹੋ ਤੁਸੀਂ। ਹਾਂਜੀ, ਇਦਾਂ ਹੁਣ ਤੁਹਾਡੇ ਥਰੂ ਅਸੀਂ ਥੋੜੇ ਬਹੁਤੇ ਮੈਸੇਜ ਵੀ ਪਾਸ ਕਰ ਦਿੱਤੇ ਆ, ਹੈ ਨਾ? ਹਾਂਜੀ 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 ਹਾਂਜੀ। ਤੁਸੀਂ ਜਿੱਦਾਂ ਬਹੁਤ ਤਾਰੀਫ ਕੀਤੀ ਹੈ ਨਾ ਜਗ੍ਹਾ ਦੀ। ਹਾਂਜੀ ਹਾਂਜੀ ਹਾਂਜੀ। ਪਰ ਇੱਥੇ ਲੋਕੀ ਆਉਂਦੇ ਨਾ ਜਿੱਦਾਂ ਵੀ ਕਚਰਾ ਵਗੈਰਾ ਫਲਾਣ ਨੂੰ, ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਤੁਸੀਂ ਇੱਕ ਵਾਰ ਮੈਂਸ਼ਨ ਕਰ ਦਿਓ। ਹਾਂਜੀ। ਮੈਂ ਵੀ ਹੱਥ ਜੋੜ ਕੇ ਰਿਕੁਐਸਟ ਹੈ ਜਿਹੜੇ ਤੁਹਾਡੇ ਵਿਊਅਰਸ ਹੋਣਗੇ ਜਾਂ ਸਾਰੇ, ਹਾਂਜੀ ਹਾਂਜੀ, ਕਿ ਜਿਹੜਾ ਕਚਰਾ ਹੁੰਦਾ ਪਲਾਸਟਿਕ ਦਾ ਤੁਸੀਂ ਆਪਣਾ ਨਾਲ ਲੈ ਜਾਇਆ ਕਰੋ। ਜੇ ਕਿਤੇ ਘੁੰਮਣ ਜਾਂਦੇ ਹੋ, ਜੇ ਤੁਹਾਡੇ ਕੋਲ ਕੋਈ ਪ੍ਰੋਵੀਜ਼ਨ ਨਹੀਂ ਹੈਗਾ, ਤੁਸੀਂ ਸਾਡੇ ਗੇਟ ਤੇ ਕੋਲ ਰੱਖ ਦਿਆ ਕਰੋ, ਅਸੀਂ ਆਪ ਹੀ ਚੱਕ ਲਿਆ ਕਰਾਂਗੇ। ਕੀ ਬਾਤ ਹੈ ਭਾਜੀ, ਬਹੁਤ ਸੋਹਣਾ ਤੁਸੀਂ ਮੈਸੇਜ ਦਿੱਤਾ ਆ। ਮੈਂ ਪਿੱਛੇ ਜੇ ਹੁਣੇ ਹੀ 1 ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਆਇਆ ਵਾਂ। ਅੱਛਾ ਜੀ। ਤੇ ਮਤਲਬ ਆ ਜਿਹੜੀ ਤੁਹਾਡਾ ਏਰੀਆ ਆ ਨਾ ਸਾਰਾ, ਉਹ ਮੈਂ ਉੱਥੇ ਵਾਸ਼ਿੰਗਟਨ ਸਟੇਟ 'ਚ ਗਿਆ ਸੀਗਾ, ਉਹ ਸੇਮ ਹੂ ਬਹੂ ਜਿਹੜਾ ਬੰਦਾ ਅਮਰੀਕਾ ਨਹੀਂ ਨਾ ਜਾ ਸਕਦਾ, ਹੁਸ਼ਿਆਰਪੁਰ ਆ ਜਾਵੇ, ਉਹ ਵਾਸ਼ਿੰਗਟਨ ਸਟੇਟ ਨੂੰ ਕਹਿੰਦੇ ਨੇ ਜੀ ਐਵਰਗ੍ਰੀਨ ਸਟੇਟ। ਮੈਂ ਕਹੂੰਗਾ ਜਿਹੜਾ ਸਾਡਾ ਪੰਜਾਬ ਦਾ ਹੁਸ਼ਿਆਰਪੁਰ ਹੈ ਨਾ ਜੀ, ਉਹ ਐਵਰਗ੍ਰੀਨ ਕਹਿ ਲਓ ਡਿਸਟ੍ਰਿਕਟ ਆ, ਉਹ ਐਵਰਗ੍ਰੀਨ ਸਿਟੀ ਆ, ਹਮੇਸ਼ਾ ਹਰਿਆਲੀ ਰਹਿੰਦੀ ਹੈ ਇੱਥੇ। ਤੇ ਸਾਡੇ ਭਾਜੀ ਵਰਗੇ ਹਸਮੁਖ ਬੰਦੇ, ਪਿਆਰ ਵਾਲੇ ਬੰਦੇ ਵੀ ਇੱਥੇ ਰਹਿੰਦੇ ਨੇ ਜੀ। ਇੱਕ ਵਾਰੀ ਤੁਸੀਂ ਜ਼ਰੂਰ ਆਓ ਇੱਥੇ, ਚਾਹੇ ਸੰਡੇ ਨੂੰ ਆਓ, ਚਾਹੇ ਮੰਡੇ ਨੂੰ ਆਓ, ਜਿਹੜੇ ਦਿਨ ਮਰਜ਼ੀ ਆਓ, ਤੇ ਤੁਹਾਨੂੰ ਇੱਥੇ ਸਾਰੀਆਂ ਫੈਸਿਲਿਟੀਆਂ ਮਿਲਣਗੀਆਂ ਜੀ। ਤੇ ਆਪਣਾ ਜਿਹੜੀ ਛੁੱਟੀ ਆ ਆਪਣੀ ਮਨਾ ਕੇ ਜਾਓ ਫੈਮਿਲੀ ਦੇ ਨਾਲ, ਤੁਹਾਨੂੰ ਬਹੁਤ ਅੱਛਾ ਲੱਗੇਗਾ। ਥੈਂਕ ਯੂ ਭਾਜੀ, ਤੁਹਾਡਾ ਬਹੁਤ ਬਹੁਤ ਥੈਂਕ ਯੂ ਜੀ। ਹਲੋ ਜੀ, ਆ ਭਾਜੀ ਹਰੀ ਵੀ ਬੈਠੇ ਨੇ। ਭਾਜੀ ਕੀ ਹਾਲ ਚਾਲ ਹੈ? ਕਿੱਥੋਂ ਆਏ ਤੁਸੀਂ ਸਾਰੇ? ਅੱਛਾ, ਨੇੜੇ ਹੀ ਹੈ, ਇੱਥੇ ਆਉਂਦੇ ਰਹਿੰਦੇ ਹੋ ਤੁਸੀਂ? ਖਾਣ ਪੀਣ ਆਉਂਦੇ ਰਹਿੰਦੇ ਹੋ? ਕੁਦਰਤ ਇੱਥੇ ਦੇਖਦੇ ਰਹਿੰਦੇ ਹੋ, ਕੁਦਰਤ ਦੇ ਨਜ਼ਾਰੇ? ਚਲੋ ਬਹੁਤ ਵਧੀਆ ਭਾਜੀ, ਬਹੁਤ ਵਧੀਆ, ਤੁਸੀਂ ਬਹੁਤ ਵਧੀਆ ਏਰੀਏ 'ਚ ਰਹਿੰਦੇ ਹੋ, ਨਜ਼ਾਰੇ ਲਓ ਜੀ। ਇੱਧਰ ਹੈ ਕੋਰਨਰ ਆ ਜੀ, ਜਿੱਥੇ ਬੱਚਿਆਂ ਦੇ ਲਈ ਝੂਲੇ ਵਗੈਰਾ, ਸਲਾਈਡਸ ਵਗੈਰਾ ਲੱਗ ਰਹੇ ਨੇ। ਭਈਆ ਕਿੰਨੀ ਦੇਰ ਮੇ ਹੋ ਜਾਏਗਾ ਕੰਮ? ਕੱਲ ਹੋ ਪਾਏਗਾ। ਠੀਕ ਹੈ, ਗਾਉਂ ਸੇ ਫੋਨ ਆ ਗਿਆ ਲਗਤਾ। ਆਪਾਂ ਇੱਥੇ ਟਰੈਕਿੰਗ ਕਰਾਂਗੇ ਜੀ। ਉਹ ਡਿੱਗ ਨਾ ਪਈਏ ਭਰਾਵਾ, ਝੂਲਿਆਂ ਦਾ ਸਮਾਨ ਹੀ ਪਿਆ ਲੱਗਦਾ ਇੱਥੇ। ਆਹ ਪਹਾੜ ਦਿਖ ਰਹੇ ਦੂਰੋਂ ਦੀ। ਇਹ ਗੱਡੀ ਆ ਜੀ ਜਿਹੜੀ ਜੰਗਲ ਸਫਾਰੀ ਲਈ ਲੈ ਕੇ ਜਾਂਦੀ ਹੈ, ਤੇ ਭਾਜੀ ਨੇ ਗੱਡੀ ਨੂੰ ਲੈ ਕੇ ਜਾਂਦੇ। ਭਾਜੀ ਕੀ ਹਾਲ ਜੀ? ਵਧੀਆ ਵਧੀਆ ਭਾਈ, ਤੁਸੀਂ ਸੁਣਾਓ? ਵਧੀਆ ਭਾਜੀ। ਇਹ ਕਿੱਧਰ ਤੁਸੀਂ ਫਿਰ ਲੈ ਕੇ ਜਾਂਦੇ ਹੋ ਗੱਡੀ?
अच्छा किन्ने किलोमीटर का राउंड बन जाता है? 11 किलोमीटर की राइड है जी। 400 रुपए टिकट है? 450 पर परसन। 450। ये जंगल वगैरह दिखाते जी? जंगल है, दो केव्स है। अच्छा जी, रेस्ट हाउस अपना दे रहे हैं। रेस्ट हाउस है, सरकारी है जी? वो सरकारी है। ठीक है, ते तुसी आ गड्डी ते कोई विच जानवर वगैरह, जंगली जानवर भी? अच्छा जानवर नहीं है, इधर जंगल ही है देखने को मिलता। चलो ठीक है जी। ते इंदी बुकिंग इत्थे उपरों दी हो जांदी है जी? इक्की दी। हां जी, इत्थों हो जांदी भाई, जेड़ा उपर रेस्टोरेंट बनया आया उत्थों। ठीक है भाजी, चलो थैंक यू जी। हां जी, ले आए हो झूठे? बिल्कुल। सो ये जी साड़ी छोटी जी कोशिश, तुहानू पंजाब दा एक होर हिडन जैम खूबसूरत लोकेशन दिखाउण दी। देखो सानू पंजाब तो बाहर जाण दी लोड़ नहीं, साड़े पंजाब च इन्नियां खूबसूरत लोकेशनां ने। उम्मीद करदे आं तुहानू पसंद आई होवेगी ते तुसी वी इत्थे विजिट करके अपनी पंजाब दी खूबसूरती दा आनंद माणोगे। बहुत बहुत धन्नवाद जी। चैनल नू प्लीज़ सबसक्राइब कर देना।